ਝੋਨਾ ਸਾਡਾ ਮੰਡੀਆਂ ਤੇ ਰੁਲ ਗਿਆ ਡੀਏ ਵੀ ਖਾਦ ਸਾਨੂੰ ਮਿਲਣੀ ਨਹੀਂ ਫਸਲ ਸਾਡੀ ਪੱਕ ਕੇ ਤਿਆਰ ਹੋ ਚੁੱਕੀ ਆ ਪਰਾਲੀ ਦਾ ਸਾਡਾ ਹੱਲ ਕੋਈ ਨਹੀਂ ਕੀਤਾ ਕੀ ਕਰੀਏ ਦੱਸੋ ਝੂਠ ਬੋਲ ਰਹੀਆਂ ਸਰਕਾਰਾਂ ਇਹਨਾਂ ਨੂੰ ਅਕਲ ਦੇ ਕੇ ਛੱਡਾਂਗੇ ਅੱਜ ਅਸੀਂ ਆਪਣੇ ਹੱਕੀ ਮੰਗਾਂ ਦੇ ਲਈ ਇੱਥੇ ਬੈਠੇ ਆਣ ਕੇ ਸੜਕਾਂ ਤੇ ਕਿਉਂਕਿ ਸਰਕਾਰ ਨੇ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਝੋਨਾ ਸਾਡਾ ਮੰਡੀਆਂ ਤੇ ਰੁਲ ਗਿਆ ਡੀਏ ਵੀ ਖਾਦ ਸਾਨੂੰ ਮਿਲਣੀ ਨਹੀਂ ਫਸਲ ਸਾਡੀ ਪੱਕ ਕੇ ਤਿਆਰ ਹੋ ਚੁੱਕੀ ਆ ਪਰਾਲੀ ਦਾ ਸਾਡਾ ਹੱਲ ਕੋਈ ਨਹੀਂ ਕੀਤਾ ਕੀ ਕਰੀਏ ਦੱਸੋ ਇਸ ਕਰਕੇ ਅੱਜ ਸਰਕਾਰ ਨੂੰ ਸੁੱਤੀ ਪਈ ਅੰਨੀਆਂ ਬੋਲੀਆਂ ਸਰਕਾਰਾਂ ਦੇਸ਼ਿਆਂ ਨੂੰ ਜਗਾਉਣ ਦੇ ਲਈ ਅਸੀਂ ਸੜਕ ਤੇ ਆਏ ਹਾਂ ਉਹਨਾਂ ਚਿਰ ਧਰਨਾ ਸਾਡਾ ਜਾਰੀ ਰਹੂਗਾ ਜਿੰਨੀ ਸਾਡੀ ਕੋਈ ਚਿਰ ਜਿੰਨੇ ਸੁਣਵਾਈ ਨਹੀਂ ਸਰ ਕਿਆ ਕਿਆ ਮੰਗ ਹੈ ਆਪਣੀ ਮੰਗਾਂ ਡੀਏ ਵੀ ਖਾਦ ਮੇਜਰ ਮੰਗ ਸਾਡੀ ਖਾਦ ਦੀ ਤੇ ਝੋਨੇ ਦੀ ਜਿੰਨੇ ਚਿਰ ਸਾਡਾ ਝੋਨਾ ਨਹੀਂ ਚੱਕਿਆ ਦਾਣਾ ਦਾਣਾ ਉਹਨਾਂ ਚਿਰ ਕਿਸੇ ਵੀ ਕੀਮਤ ਤੇ ਇਸ ਸਰਕਾਰ ਦੀ ਲੜਾਈ ਛੱਡਾਂਗੇ ਸਰ ਸਰਕਾਰ ਤੋਂ ਕਹਿ ਰਹੀ ਹੈ ਮੁਨਾਫਾ ਦਿਆ ਗਿਆ ਇਤਨਾ ਕਿਸਕੋ ਮਿਲਾ ਕਹਾਂ ਦਿਆ ਝੂਠੀਆਂ ਸਰਕਾਰਾਂ ਗੁੰਮਰਾਹ ਕਰ ਰਹੀਆਂ ਲੋਕਾਂ ਨੂੰ ਅੱਜ 18-18 ਸਾਲ ਰੁਪਈਏ ਝੋਨਾ ਲੋਕ ਬੀਜਣ ਨੂੰ ਵੇਚਣ ਨੂੰ ਮਜ਼ਬੂਰ ਆ ਲਿੱਤਰੀ ਸੈਲਰ ਘੇਰੀ ਬੈਠੇ ਸਾਡੇ ਬੰਦੇ ਉੱਥੇ ਪਾਇਆ ਅੱਜ ਤੇ ਪਰਸੋਂ ਧਨੀ ਪਿੰਡ ਘੇਰਿਆ ਮਿੱਡੇ ਦਾ ਸੈਲਰ 18-18 ਸਾਲ ਰੁਪਈਏ ਲਿਆ ਕੇ ਰਈਏ ਦੇ ਵਿੱਚੋਂ ਲਿਆ ਕੇ ਝੋਨਾ ਲਿਆ ਕੇ ਇੱਥੇ ਲਾ ਰਹੇ ਆ ਬਾਹਰੋਂ ਬਾਹਲੀਆਂ ਦੂਜੇ ਪਾਸੇ ਵੱਜ ਰਹੇ ਬਦਨਾਮ ਕਰ ਰਹੀਆਂ ਸਰਕਾਰਾਂ ਝੂਠ ਬੋਲ ਰਹੀਆਂ ਸਰਕਾਰਾਂ ਇਹਨਾਂ ਨੂੰ ਅਕਲ ਦੇ ਕੇ ਛੱਡਾਂਗੇ ਸਰ ਸਰਕਾਰ ਸੇ ਕੋਈ ਮੀਟਿੰਗ ਵਗੈਰਾ ਹੋਈ ਕਿਸੇ ਕੇ ਸਾਥ ਕੋਈ ਸੀ ਦੋ ਦਿਨ ਦਾ ਸਮਾਂ ਲਿਆ ਸੀ ਮੈਂ ਦੋ ਮੈਂ ਕੋਈ ਰਿਜ਼ਲਟ ਨਹੀਂ ਆਇਆ ਹਾਲੇ ਤੱਕ ਨਲ ਰਿਜ਼ਲਟ ਨਹੀਂ ਸਰ ਇਹ ਕਿੰਨੇ ਸਮੇਂ ਤੱਕ ਧਰਨਾ ਚੱਲੇਗਾ ਜਿੰਨੀ ਦੇਰ ਸੁਣਵਾਈ ਨਹੀਂ ਹੁੰਦੀ